ਔਰ ਗੈਸ ਪ੍ਰਾਈਸ ਜਿਹੜੀਆਂ ਪਿਛਲੇ ਕੁਝ ਦਿਨਾਂ ਤੋਂ ਅਸੀਂ ਦੇਖ ਰਹੇ ਸੀ ਕਿ ਘਟ ਰਹੀਆਂ ਸੀਗੀਆਂ ਦੁਬਾਰਾ ਤੋਂ ਦੇ ਬਹੁਤ ਜ਼ਿਆਦਾ ਗੈਸ ਪ੍ਰਾਈਸ ਇਨਕਰੀਜ਼ ਹੋਣ ਜਾ ਰਹੀ ਨੇ तकरीबन 2 ਡਾਲਰ ਇੱਕ ਲੀਟਰ ਵਾਸਤੇ ਦੀ ਗੈਸ ਹੋ ਜਾਏਗੀ ਔਰ ਇਸ ਵੀਕ ਹੀ ਜਿਹੜੇ ਪ੍ਰਾਈਸਸ ਵਧਣ ਜਾ ਰਹੇ ਨੇ ਔਰ ਇਹ ਕੈਨੇਡੀਅਨਸ ਵਾਸਤੇ ਬੜਾ ਵੱਡਾ ਸੈਟ ਬੈਕ ਹੈਗਾ ਹੈ ਕਿਉਂਕਿ ਇਹ ਜਿਹੜੀ ਹੈ ਲਿਵਿੰਗ ਕਾਸਟ ਨੇ ਉਹ ਵੀ ਆਲਰੇਡੀ ਵੱਧ ਰਹੀ ਹੈ ਨੇ ਇਨਫਲੇਸ਼ਨ ਬਹੁਤ ਜ਼ਿਆਦਾ ਵੱਧ ਗਈ ਹੈ ਔਰ ਪਿਛਲੇ ਜਿਹੜੇ ਲੌਂਗ ਵੀਕਐਂਡ ਦੇ ਵਿੱਚ ਚਾਰ ਸੈਂਟ ਡ੍ਰੌਪ ਹੋਇਆ ਸੀਗਾ ਪਰ ਇਹੀ ਚਾਰ ਸੈਂਟ ਜਿਹੜਾ ਹੈ ਹੁਣ ਹੁਣ ਕੱਲ ਕਲਾਈਮਬ ਹੋ ਜਾਣਾ ਹੈ ਔਰ ਆਮ ਤੌਰ ਤੇ ਸਮਰ ਮੰਥਸ ਦੇ ਵਿੱਚ ਜਿਹੜੀ ਹੈ ਗੈਸ ਪ੍ਰਾਈਸਸ ਵੱਧ ਹੁੰਦੀਆਂ ਨੇ ਜਦਕਿ ਵਿੰਟਰਸ ਦੇ ਵਿੱਚ ਜਦੋਂ ਵਿੰਟਰ ਸੀਜ਼ਨ ਸ਼ੁਰੂ ਹੁੰਦਾ ਹੈ ਫਾਲ ਸੀਜ਼ਨ ਸ਼ੁਰੂ ਹੁੰਦਾ ਹੈ ਤੇ ਉਦੋਂ ਪ੍ਰਾਈਸਸ ਅਕਸਰ ਘਟ ਜਾਂਦੀਆਂ ਨੇ ਪਰ ਇਤ ਕੀ ਉਲਟਾ ਹੋ ਰਿਹਾ ਹੈ ਸਮਰ ਚ ਹਾਲਾਂਕਿ ਥੋੜੀ ਜਿੰਨੀ ਪ੍ਰਾਈਸਸ ਘਟ ਸੀਗੀਆਂ ਪਰ ਹੁਣ ਫਾਲ ਆਂਦਿਆਂ ਆਂਦਿਆਂ ਜਿਹੜੀ ਪ੍ਰਾਈ اور ਸੈਪਟੈਂਬਰ ਦੇ ਵੀ ਜਿਹੜੀਆਂ ਪ੍ਰਾਈਸਿਸ ਨੇ 20 ਸੈਂਟਸ ਹੋਰ ਵੱਧ ਹੋਣਗੀਆਂ ਜਿਹੜੀਆਂ ਕਿ ਹੋਣ ਹੈਗੀਆਂ ਨੇ ਔਰ ਇਹ ਵੀ ਕਿਹਾ ਜਾ ਰਿਹਾ ਹੈ ਜਿਹੜੇ ਪ੍ਰੈਜ਼ੀਡੈਂਟ ਨੇ ਕੈਨੇਡੀਅਨਸ ਫਾਰ ਅਫੋਰਡੇਬਲ એનર્ਜੀ ਦੇ ਉਹਨਾਂ ਦਾ ਕਹਿਣਾ ਹੈ ਕਿ 1.90 ਸੈਂਟ ਦੀ ਆ 1.85 ਸੈਂਟ ਤੱਕ ਜਿਹੜੀਆਂ ਪ੍ਰਾਈਸਿਸ ਰਹਿਣਗੀਆਂ ਔਰ ਲਗਾਤਾਰ ਹੁਣ ਐਸਾ ਹੀ ਪੂਰੇ ਵਿంటర్ ਪਰਿਅਡ ਦੇ ਵਿੱਚ ਚੱਲਣਗੀਆਂ